ਫਿਰੋਜ਼ਪੁਰ ਦੇ ਥਾਣਾ ਕਲਖੁਰਦ ਅਧੀਨ ਆਉਂਦੇ ਇੱਕ ਚੌਂਕੀ ਮੁੰਦਕੀ ਵਿੱਚ ਬੰਦ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਥਾਣੇ ਦੇ ਅੰਦਰ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਰੋਜ਼ਾਨਾ ਪੁਲਿਸ ਵਾਂਗ ਹਵਾਲਾਤ ਨੂੰ ਵੇਖਣ ਆਇਆ ਸੀ। ਰਾਤ ਦੇ ਅਨੁਸਾਰ ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌ ਗਿਆ ਅਤੇ ਜਦੋਂ ਉਸਨੇ ਸਵੇਰੇ ਸਭ ਕੁਝ ਵੇਖਿਆ ਤਾਂ ਉਹ ਲਟਕ ਰਿਹਾ ਸੀ। ਪੁਲਿਸ ਨੇ ਮੌਕੇ 'ਤੇ ਏਰੀਆ ਦੇ ਮੈਜਿਸਟ੍ਰੇਟ ਨੂੰ ਬੁਲਾਇਆ ਅਤੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਅਤੇ ਮੁੜ ਕੇ ਅਸੀਂ ਉੱਥੋਂ ਸਾਨੂੰ ਫੋਨ ਕੀਤਾ, ਅਸੀਂ ਉੱਥੋਂ ਆ ਗਏ ਹਾਂ ਕੁੜੀ ਕੋਲ ਇੱਥੇ। ਅੱਛਾ। ਅਤੇ ਇੱਥੇ ਅਸੀਂ ਚੌਂਕੀ 'ਚ ਆਏ ਹਾਂ, ਉਹਦੀ ਰੋਟੀ ਰਾਟੀ ਜਾਂਦੀ ਹੈ। ਅਤੇ ਮੁੜ ਕੇ ਰਾਤ ਨੂੰ ਫਿਰ ਅਸੀਂ ਲੀੜੇ ਫੜਾ ਕੇ ਗਏ ਹਾਂ, ਰੋਟੀ ਖਵਾ ਕੇ ਗਏ ਹਾਂ 7 ਵਜੇ। ਮੁੜ ਕੇ ਲੀੜੇ ਲਿਆਉਂਦੇ, ਉਹਦੇ ਘਰ ਵਾਲੀ ਵੀ ਨਾਲ, ਬੱਚੇ ਵੀ ਨਾਲ, ਅਤੇ ਮੈਂ ਵੀ ਨਾਲ ਸੀ ਅਤੇ ਮੇਰੀ ਪੋਤੀ ਵੀ ਨਾਲ ਸੀ। ਅਤੇ ਉਦੋਂ ਬਾਅਦ ਅਸੀਂ ਚਲੇ ਗਏ ਹਾਂ ਅਤੇ ਮੁੜ ਕੇ ਅਸੀਂ ਤੜਕੇ ਆਏ ਹਾਂ। ਸੁਬਹਾ ਚਾਹ ਲੈ ਕੇ ਰਾਜੂ ਆਇਆ ਸੀਗਾ, ਉਹ ਕਹਿੰਦੇ ਅੱਧੇ ਘੰਟੇ ਨੂੰ ਆ ਜੀ, ਘੰਟੇ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਜੀ? ਸਾਨੂੰ ਕਿ ਤਕਰੀਬਨ ਪਤਾ ਕੀ, ਸਾਨੂੰ ਗੁਆਂਢ ਤੋਂ ਕਿਸੇ ਨੇ ਦੱਸਿਆ ਸੀ ਵੀ ਆਓ ਹਾਂ ਕਿ ਗੇਟ ਕਿਉਂ ਨਹੀਂ ਖੋਲ੍ਹਦੇ ਉਹ। ਅਤੇ ਉਹ ਫਿਰ ਅਸੀਂ ਆਏ, ਫਿਰ ਗੇਟ ਖੋਲ੍ਹਿਆ, ਫਿਰ ਅੰਦਰ ਵੜ ਗਏ ਹਾਂ। ਆਹ ਕੁਛ ਹੀ ਵੇਖਿਆ। ਇੱਕ ਲੜਕੇ ਨੇ ਹਵਾਲਾ ਦੇ ਸੁਸਾਈਡ ਕਰ ਲਿਆ ਸੀ, ਕੀ ਮਾਮਲਾ ਹੈਗਾ? ਮੁਦਕੀ ਦਾ ਲੜਕਾ ਸੀ ਸ਼ਿਵਰਾਮ, ਉਮਰ ਕਰੀਬ 26 ਸਾਲ ਦੀ ਹੈਗੀ ਸੀ। ਪਿਛਲੇ ਸਾਲ ਉਹਨਾਂ ਦੋਨਾਂ ਭਰਾਵਾਂ 'ਤੇ, ਦੋ ਭਰਾ ਸੀ, ਦੋਨਾਂ ਭਰਾਵਾਂ 'ਤੇ ਕੱਲਾਂ ਦੇ ਵਿੱਚ ਪਰਚਾ ਦਰਜ ਹੋਇਆ ਸੀ 10 ਗ੍ਰਾਮ ਹੈਰੋਇਨ ਦਾ। ਉਹਦਾ ਭਰਾ ਸੀ ਜਿਹੜਾ, ਉਹ ਪਹਿਲਾਂ ਗ੍ਰਿਫਤਾਰ ਹੋ ਗਿਆ ਸੀ, ਇਹ ਸਾਨੂੰ ਵਾਂਟਡ ਸੀ ਇਹਦੇ, ਕਿ 13 ਤਰੀਕ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਬੰਦੀ ਪਾ ਕੇ ਉਹਨਾਂ ਹਵਾਲਾ 'ਚ ਬੰਦ ਕੀਤਾ ਸੀ। ਉਹ ਰਾਤ ਕਿਤੇ 3:30 ਵਜੇ ਉਹਨੇ ਆਪਣੇ ਆਪ ਨੂੰ ਆਪਣੀ ਸ਼ਰਟ ਦੇ ਨਾਲ ਫਾਹਾ ਲੈ ਲਿਆ। ਫਿਰ ਮੌਕੇ 'ਤੇ ਅਸੀਂ ਰਿਕੁਐਸਟ ਕਰਕੇ ਜੱਜ ਸਾਹਿਬ ਨੂੰ ਬੁਲਾਇਆ ਸੀ, ਅਤੇ ਜੱਜ ਸਾਹਿਬ ਮੌਕੇ 'ਤੇ ਆ ਕੇ ਉਹਨਾਂ ਨੇ ਅਗਲੀ ਕਾਰਵਾਈ ਕੀਤੀ ਹੈ। ਪੋਸਟਮਾਰਟਮ ਹੋ ਗਈ, ਹਾਂ, ਡੈੱਡ ਬੋਡੀ ਵਾਰਸਾਂ ਦੇ ਹਵਾਲੇ ਕਰਤੀ ਸੀ, ਉਹ ਕੱਲ੍ਹ ਹੀ ਹੋ ਚੁੱਕੀ ਸੀ। ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਜੇ ਤਾਂ ਉਹ ਜੱਜ ਸਾਹਿਬ ਕਰ ਰਹੇ ਨਾ ਜੀ, ਉਹਦਾ ਬਿਸਰਾ ਜਾਊਗਾ, ਬਿਸਰੇ ਤੋਂ ਅੱਗੇ ਰਿਪੋਰਟ ਕੀ ਜਾਊਗੀ ਜਾਂ ਕੁਛ ਵੀ ਹੈ। ਇਨਕੁਆਇਰੀ ਚੱਲ ਰਹੀ ਹੈ ਜੱਜ ਸਾਹਿਬ ਕੋਲ? ਨਹੀਂ, ਉਹਨਾਂ ਤਾਂ ਆਪਦੀ ਕਾਰਵਾਈ ਕਰਤੀ ਨਾ ਜੀ। ਹਾਂ,